ਸਸੇ ਗਏ ਸਾਰੇ ਦੋਸਤੋ ਕੀ ਹਾਲ ਹੈ ਜੀ ਅਮੀਰ ਕਾ ਬਿਲਕੁਲ ਠੀਕ ਹੋਵਾਂਗੇ ਤੇ ਤੁਹਾਡੇ ਵਾਸਤੇ ਭਾਈ ਇੱਕ ਅਪਡੇਟ ਲੈ ਕੇ ਆਇਆ ਇਹ ਅਪਰੇਟ ਕੀ ਹੈ ਇਹ ਅਪਰੇਟ ਹੈ ਜੀ ਭਾਈ ਬਾਅਦ ਅਟੈਂਡਡ ਆ ਜਿਹੜਾ ਇਹਦੇ ਲਈ ਡਾਕੂਮੈਂਟ ਵੈਰੀਫਿਕੇਸ਼ਨ ਦੀ ਲਿਸਟ ਹੈ ਜਿਹੜੀ ਉਹ ਆਊਟ ਹੋ ਚੁੱਕੀ ਹੈ ਠੀਕ ਹੈ ਜੀ ਤੇ ਬੇਟਿੰਗ ਲਿਸਟ ਹੈ ਜਿਹੜੀ ਉਹ ਵੀ ਸਾਰੀ ਦੇ ਨਾਲ ਹੀ ਤਿਆਰ ਕੀਤੀ ਹੋਈ ਹੈ ਕਿਉਂਕਿ ਤਿੰਨ ਗੁਣਾ ਬੱਚੇ ਜ਼ਿਆਦਾ ਸੱਦੇ ਬਲੇ ਤਿੰਨ ਬਲੇ 4 ਗੁਣਾ ਜ਼ਿਆਦਾ ਬੱਚੇ ਸੱਦੇ ਆ ਉਹ ਤੁਸੀਂ ਲਿਸਟਾਂ ਦੇਖ ਲਓ ਸਾਰੀਆਂ ਠੀਕ ਹੈ ਜੀ ਤੇ ਬਾਅਦ ਅਟੈਂਡੈਂਟ ਦੀ ਡਾਕੂਮੈਂਟ ਲਿਸਟ ਵੈਰੀਫਿਕੇਸ਼ਨ ਦੀ ਲਿਸਟ ਆਊਟ ਹੋ ਚੁੱਕੀ ਹੈ ਵੀਡੀਓ ਨੂੰ ਬាទ ਬាទ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤੇ ਜਿਹੜੇ ਬੱਚੇ ਵੀ ਕੈਟਾਗਰੀ ਨਾਲ ਸੰਬੰਧਤ ਰੱਖਦੇ ਆ ਤੇ ਆਪਣੇ ਉਹ ਮੈਟ ਵੀ ਦੇਖ ਲੈਣ 64 ਤੱਕ ਗਈ ਹੈ ਮੈਟ ਆਪਣੀ ਈਡਬਲਯੂਐਸ ਦੀ ਤੇ ਬਾਕੀ ਮੈਂ ਅਜੇ ਲਿਸਟਾਂ ਚੈੱਕ ਕਰਨ ਵਾਲੀਆਂ ਪੰਗੀਆਂ ਜਿਹੜੇ ਬੱਚਿਆਂ ਨੇ ਲਿਸਟਾਂ ਚੈੱਕ ਕਰਨੀਆਂ ਆ ਠੀਕ ਹੈ ਤੇ ਆਪਣੀ ਜਿਹੜੀ ਵੀਡੀਓ ਹੈਗੀ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਠੀਕ ਹੈ ਡਿਸਕ੍ਰਿਪਸ਼ਨ ਦੇ ਵਿੱਚ ਭਾਈ ਮੈਂ ਲਿੰਕ ਦੇਤਾ ਵੈਬਸਾਈਟ ਦਾ ਜੂ ਤੁਸੀਂ ਉਹ ਲਿੰਕ ਤੇ ਓਪਨ ਕਰੋਗੇ ਤਾਂ ਸਿੱਧਾ ਹੀ ਤੁਹਾਨੂੰ ਤੁਸੀਂ ਵੈਬਸਾਈਟ ਤੇ ਪਹੁੰਚ ਜਾਓਗੇ ਉੱਥੇ ਤੁਹਾਡੀ ਜਿਹੜੀ ਵੀ ਕੈਟਾਗਰੀ ਹੈਗੀ ਐ ਐਸਸੀ ਐ ਐਸਟੀ ਐ ਓਬੀਸੀ ਐ ਜਰਨਲ ਐ ਓਪਨ ਜਰਨਲ ਓਪਨ ਇੱਕੀ ਹੋਗੀ ਤੇ ਈਡਬਲਯੂ ਐਸ ਤੇ ਆਪਣਾ ਦੂਸਰਾ ਐਸਸੀਆਰਓ ਸਾਰੀਆਂ ਲਿਸਟਾਂ ਉੱਥੇ ਪੰਗੀਆਂ ਨੇ ਉੱਥੇ ਜਾ ਕੇ ਤੁਸੀਂ ਚੈੱਕ ਕਰ ਲਓ ਤੇ ਡਾਕੂਮੈਂਟ ਵੈਰੀਫਿਕੇਸ਼ਨ ਵਾਸਤੇ ਆਦੇ ਟਾਈਮ ਤੇ ਪਹੁੰਚ ਜਿਓ ਠੀਕ ਹੈ ਜੀ ਤੇ ਆਦੇ ਸਰਟੀਫਿਕੇਟ ਤਿਆਰ ਰੱਖੋ ਸਾਰੇ ਤੇ ਤਿੰਨ ਗੁਣਾ ਜ਼ਿਆਦਾ ਬੱਚੇ ਬੁਲਾਏ ਇਹਨਾਂ ਨੇ ਬੇਟਿੰਗ ਲਿਸਟ ਵੀ ਨਾਲ ਹੀ ਜਾਰੀ ਕੀਤੀ ਗਈ ਹੈ ਤੇ ਬੇਟਿੰਗ ਲਿਸਟ ਹੀ ਹੋਗੀ ਕਿਉਂਕਿ ਜਦੋਂ ਪੋਸਟਾ ਤੋਂ ਜ਼ਿਆਦਾ ਬੱਚੇ ਸੱਦੇ ਜਾਂਦੇ ਹੋ ਬੇਟਿੰਗ ਲਿਸਟ ਜੜੀ ਹੁੰਦੇ ਆ ਠੀਕ ਹੈ ਜੀ ਤੇ ਸਾਰੇ ਬੱਚਿਆਂ ਦਾ ਲਿੰਕ ਚੈੱਕ ਕਰ ਲਓ ਲਿੰਕ ਦੇ ਥੱਲੇ ਵੀਡੀਓ ਦੇ ਉੱਥੇ ਦੇਖ ਸਕਦੇ ਹੋ ਧੰਨਵਾਦ